नाते रसूल मकबूल सल्लल्लाहु अलैहि वसल्लम के चंद शार के बाद सहाबा इकराम की अजमत पे नया कलाम की नजर करूंगा। मेरे पीर जई जगते कोई शान विखा मैनू, मेरे पीर जई जगते कोई शान विखा मैनू, मेरे पीर जई जगते कोई शान दिखा मैनू, जिदा जब शिफा होवे मेरे पीर जई जगते कोई शान विखा मैनू, उंगली मेरे पीर दिए चन नू पीर दिए, उंगली साडे पीर दिए चन नू पीर दिए, जेदा लब शिफा होवे जेदा लब शिफा पीर जई जगते कोई शान विखा मैनू, साडे पीर जई जगते कोई शान विखा मैनू, बकर उमर हैदर अब बकर उमर हैदर उस्मान विखा मैनू, मेरे पीर जई जगते कोई शान विखा मैनू, साडे पीर जई जगते कोई शान विखा मैनू। अजमत साहबा रिजवान अलैहिम अजमईन के चंद शार पढ़ना चाहता हूं, तवज्जो मेरे पर रहे, जिन जिनो साहबा इकराम की अजमत दे नाल साहबा इकराम दे नाल प्यार है ओ मेरे नाल मिलके भी पढ़ेगा और ए अजम लेके अपनी जुबान तो इतराने गाएगा कि जेड़ा साहबा इकराम दे नाल मोहब्बत करता है साडी ओदे नाल मोहब्बत है, जेड़ा साहबा इकराम नाल वफा करता है साडी ओदे नाल वफा है, साहबा दा गद्दार साडा कुछ नहीं, बोलो साहबा दा गद्दार साडा कुछ लगदा नहीं बोले जिस सानू ओदे नाल कोई सरकार नहीं, जिस बंदे नू साहबा नाल प्यार नहीं, सानू ओदे नाल कोई सरकार नहीं, सानू ओदे नाल कोई सरकार नहीं, सानू ओदे नाल कोई सरोकार नहीं, सानू ओदे नाल कोई सरोकार नहीं, जिस बंदे नू साहबा नाल प्यार नहीं, सानू ओदे नाल कोई सरोकार नहीं।
ਨਹੀਂ ਸਾਨੂੰ ਉਹਦੇ ਨਾਲ ਕੋਈ ਸਰਦਾਰ ਨਹੀਂ ਨਬੀ ਦੇ ਸਹਾਬਾ ਦੀ ਨੇ ਦੱਸਾਂ ਕੀ ਸ਼ਾਨ ਹੈ ਉਹਨਾਂ ਦਾ ਵਕੀਲ ਹੋਇਆ ਰੱਬ ਦਾ ਕੁਰਾਨ ਹੈ ਨਬੀ ਦੇ ਸਹਾਬਾ ਦੀ ਨੇ ਦੱਸਾਂ ਕੀ ਸ਼ਾਨ ਹੈ ਉਹਨਾਂ ਦਾ ਵਕੀਲ ਹੋਇਆ ਜਿਨੂੰ ਰੱਬ ਦੇ ਕੁਰਾਨ ਦੇ ਇਤਬਾਰ ਨਹੀਂ ਜਿਨੂੰ ਰੱਬ ਦੇ ਕੁਰਾਨ ਦੇ ਇਤਬਾਰ ਨਹੀਂ ਸਾਨੂੰ ਉਹਦੇ ਨਾਲ ਕੋਈ ਸਰਦਾਰ ਨਹੀਂ ਸਾਨੂੰ ਉਹਦੇ ਨਾਲ ਕੋਈ ਸਰਦਾਰ ਨਹੀਂ ਜਿਸ ਬੰਦੇ ਨੂੰ ਸਾਹਬਾ ਨਾਲ ਪਿਆਰ ਨਹੀਂ ਸਾਨੂੰ ਉਹਦੇ ਨਾਲ ਸਰਦਾਰ ਨਹੀਂ ਸਾਨੂੰ ਉਹਦੇ ਨਾਲ ਕੋਈ ਸਰਦਾਰ ਨਹੀਂ ਸੋਨਾ ਏ ਸਿੱਦੀਕ ਸੋਨਾ ਉਮਰ ਜਲਾਰ ਸੋਨਾ ਏ ਉਸਮਾਨ ਸੋਨਾ ਹੈਦਰ ਕਰਾਰ ਸੋਨਾ ਏ ਸਿੱਦੀਕ ਸੋਨਾ ਉਮਰ ਜਲਾਰ ਸੋਨਾ ਉਸਮਾਨ ਦਿਲ ਵਿੱਚ ਵਸਦੇ ਚਾਰ ਨਹੀਂ ਜਿਹਦੇ ਦਿਲ ਵਿੱਚ ਵਸਦੇ ਚਾਰ ਨਹੀਂ ਜਿਹਦੇ ਦਿਲ ਵਿੱਚ ਵਸਦੇ ਚਾਰ ਨਹੀਂ ਸਾਨੂੰ ਉਹਦੇ ਨਾਲ ਕੋਈ ਸਰਦਾਰ ਨਹੀਂ ਸਾਨੂੰ ਉਹਦੇ ਨਾਲ ਕੋਈ ਸਰਦਾਰ ਨਹੀਂ ਜਿਸ ਬੰਦੇ ਨੂੰ ਸਾਹਬਾ ਨਾਲ ਪਿਆਰ ਸਾਨੂੰ ਉਹਦੇ ਨਾਲ ਕੋਈ ਸਰਦਾਰ ਨਹੀਂ ਸਾਨੂੰ ਉਹਦੇ ਨਾਲ ਕੋਈ ਸਰਕਾਰ ਨਹੀਂ ਪਾਕ ਸਹਾਬਾ ਦੀ ਜੋ ਕਰਦਾ ਤੁਹੀਨ ਉਹਦੇ ਲਈ ਯਜ਼ਦਾਨੀ ਏ ਰੱਖਦਾ ਯਕੀਨ ਪੰਜ ਤਨ ਦਾ ਵੀ ਉਹ ਹੁਬਦਾਰ ਨਹੀਂ ਪੰਜ ਤਨ ਦਾ ਵੀ ਉਹ ਹੁਬਦਾਰ ਨਹੀਂ ਸਾਨੂੰ ਉਹਦੇ ਨਾਲ ਕੋਈ ਸਰਕਾਰ ਨਹੀਂ ਸਾਨੂੰ ਉਹਦੇ ਨਾਲ ਕੋਈ ਸਰਕਾਰ ਨਹੀਂ ਜਿਸ ਬੰਦੇ ਨੂੰ ਸਾਹਬਾ ਨਾਲ ਪਿਆਰ ਨਹੀਂ ਸਾਨੂੰ ਉਹਦੇ ਨਾਲ ਫਾਰੂਕੀ ਸਾਹਿਬ ਦਾ ਖਿਤਾਬ ਹੋਣ ਵਾਲਾ ਉਹਨਾਂ ਤੋਂ ਪਹਿਲੇ ਮੈਂ ਤੁਹਾਨੂੰ ਬੇਦਾਰ ਕਰਨਾ ਚਾਹੁੰਦਾ ਇੱਕ ਸ਼ੇਰ ਤੁਸੀਂ ਅਹਬਾਬ ਸਾਹਮਣੇ ਨਜ਼ਰ ਕਰਨਾ ਚਾਹੁੰਦਾ ਜਿਹਨੂੰ ਜਿਹਨੂੰ ਸਾਹਿਬਾ ਕਰਾਮ ਨਾਲ ਪਿਆਰ ਹੈ ਆਪਣੀ ਬੁਲੰਦ ਆਵਾਜ਼ ਕਰਕੇ ਹੱਥ ਬੁਲੰਦ ਕਰਕੇ ਕਹਿਣਾ ਕੋਈ ਚੱਲ ਜਾਏ ਤੇ ਜੱਲੇ ਮੈਂ ਜਲਾਵਾਂਗਾ ਮੈਂ ਤੇ ਰੁਤਬੇ ਸਾਹਬਾ ਦੇ ਸੁਣਾਵਾਂਗਾ ਸਿਆਬਾ ਇਕਰਾਮ ਨੂੰ ਕੋਈ ਨਹੀਂ ਮੰਨਦਾ ਪਰ ਜਿਹਨੂੰ ਜਿਹਨੂੰ ਸਿਆਬਾ ਨਾਲ ਪਿਆਰ ਹੈ ਉਹ ਪਿੱਟ ਪਿੱਟ ਕੇ ਸਿਆਬਾ ਇਕਰਾਮ ਨੂੰ ਗਾਲੀਆਂ ਦਿੰਦੇ ਨੇ ਉਹ ਤੁਸੀਂ ਆਪਣੀ ਜ਼ੁਬਾਨ ਤੋਂ ਐਵੇਂ ਨਹੀਂ ਕਹਿ ਸਕਦੇ ਕੋਈ ਚੱਲ ਜਾਏ ਤੇ ਜੱਲੇ ਕੋਈ ਚੱਲ ਜਾਏ ਤੇ ਜੱਲੇ ਕੋਈ ਚੱਲ ਜਾਏ ਤੇ ਜੱਲੇ ਮੈਂ ਜਲਾਵਾਂਗਾ ਮੈਂ ਤੇ ਰੁਤਬੇ ਸਾਹਬਾ ਦੇ ਸੁਣਾਵਾਂਗਾ ਮੈਂ ਤੇ ਰੁਤਬੇ ਸਾਹਬਾ ਤੇ ਸੁਣਾਵਾਂਗਾ ਫਰੂਕੀ ਸਾਹਿਬ ਨਹੀਂ ਬੋਲਦੇ ਮੈਂ ਤੇ ਰੁਤਬੇ ਸਾਹਬਾ ਤੇ ਸੁਣਾਵਾਂਗਾ ਮੈਂ ਤੇ ਰੁਤਬੇ ਸਾਹਬਾ ਤੇ ਸੁਣਾਵਾਂਗਾ ਕੱਲ ਵੀ ਉਹ ਹਨ ਰੱਲੇ ਅੱਜ ਵੀ ਨੇ ਰੱਲੇ ਕੱਲ ਵੀ ਉਹ ਹਨ ਰੱਲੇ ਅੱਜ ਵੀ ਨੇ ਰੱਲੇ ਕੱਲ ਵੀ ਉਹ ਹਨ ਰੱਲੇ ਅੱਜ ਵੀ ਨੇ ਰੱਲੇ ਦਿਲ ਨਾ ਮੰਨੇ ਜਿਹਦਾ ਨਾਲ ਮੇਰੇ ਚੱਲੇ ਉਹ ਦਿਲ ਨਾ ਮੰਨੇ ਜਿਹਦਾ ਨਾਲ ਮੇਰੇ ਚੱਲੇ ਸੁੱਤੇ ਰੱਲੇ ਦਿਲਾਂ ਯਾਰਾਂ ਨੂੰ ਦਿਖਾਵਾਂਗਾ ਮੈਂ ਤੇ ਰੁਤਬੇ ਸਾਹਬਾ ਤੇ ਸੁਣਾਵਾਂਗਾ ਮੈਂ ਤੇ ਰੁਤਬੇ ਸਾਹਬਾ ਤੇ ਸੁਣਾਵਾਂਗਾ ਕੋਈ ਚੱਲ ਜਾਏ ਤੇ ਜੱਲੇ ਮੈਂ ਜਲਾਵਾਂਗਾ ਮੈਂ ਤੇ ਰੁਤਬੇ ਸਾਹਬਾ ਤੇ ਸੁਣਾਵਾਂਗਾ ਮੈਂ ਤੇ ਰੁਤਬੇ ਸਾਹਬਾ ਤੇ ਸੁਣਾਵਾਂਗਾ
माशाल्लाह आपके सामने शान सहाबा पे बहुत ही आसान अंदाज में इशार पेश कर रहे थे मोहतरम उस्मान यजानी साहब हाफिज़ाहुल्लाह ताला, अल्लाह पाक इनके इल्म व अमल में बरकत अता फरमाए।